ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਲਗਾਤਾਰ ਜੁੜੇ ਹੈਗੇ ਆ, ਸਾਡੇ ਨਾਲ ਬਨੀ ਜੀ ਜੁੜੇ ਨੇ, ਇਹਨਾਂ ਦੇ ਬਾਰੇ ਅਸੀਂ ਦੱਸ ਦਈਏ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹੜੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਪਾਰਟੀ ਹੈਗੀ ਹੈ, ਉਹਨਾਂ ਦੇ ਜਨਰਲ ਸਕੱਤਰ ਹੈਗੇ ਨੇ, ਅੱਜ ਸਾਡੇ ਨਾਲ ਮੌਜੂਦ ਨੇ। ਉਚੇਚੇ ਤੌਰ ਦੇ ਉੱਤੇ ਅਸੀਂ ਇਹਨਾਂ ਨਾਲ ਗੱਲ ਕਰਨੇ ਆ। ਫਤਿਹ ਦੀ ਸਾਂਝ ਪਾਉਂਦੇ ਆ ਬਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਨੀ ਜੀ, ਤੁਸੀਂ ਲਗਾਤਾਰ ਸਿੱਖ ਰਾਜਨੀਤੀ ਦੇ ਉੱਤੇ ਨਜ਼ਰ ਰੱਖਦੇ ਹੈਗੇ, ਹਾਲਾਂਕਿ ਕੈਮਰੇ ਤੇ ਬਹੁਤ ਘੱਟ ਆਉਂਦੇ ਹੋ, ਲੇਕਿਨ ਕੈਮਰੇ ਦੇ ਪਿੱਛੇ ਕਾਫੀ ਕੰਮ ਕਰਦੇ ਹੈਗੇ ਹੋ। ਹੁਣ ਦੇ ਇਲੈਕਸ਼ਨ ਦੇ ਅੰਦਰ ਤੁਹਾਨੂੰ ਲੱਗ ਰਿਹਾ ਨਿਜ਼ਾਮ ਬਦਲ ਰਿਹਾ ਦਿੱਲੀ ਕਮੇਟੀ ਦਾ? ਬਿਲਕੁਲ ਲੱਗ ਰਿਹਾ ਜੀ, ਜਿਹੜੇ ਜਿਹੜੇ ਇਲਾਕਿਆਂ ਵਿੱਚ ਜਾ ਰਹੇ ਆ, ਇਹੀ ਲੱਗ ਰਿਹਾ ਕਿ ਸੰਗਤਾਂ ਦਾ ਸਬਰ ਤੇ ਬਾਦਲਾਂ ਦਾ ਜ਼ਬਰ, ਉਹ ਹੁਣ ਦਿੱਲੀ ਦੀ ਸੰਗਤ ਜਿਹੜੀ ਹੈ ਉਹ ਹੁਮ ਹਵਾ ਕੇ ਬਾਦਲਾਂ ਨੂੰ ਦਿੱਲੀ ਤੋਂ ਮਨ ਮੜਾ ਚੁੱਕੀ ਹੈ ਕਿ ਬਈ ਇਸ ਵਾਰੀ ਇਲੈਕਸ਼ਨਾਂ ਦੇ ਵਿੱਚ ਅਸੀਂ ਦਿੱਲੀ ਤੋਂ ਜਿਹੜੇ ਬਾਦਲਾਂ ਨੇ ਕਬਜ਼ੇਬਾਜ਼ਾਂ ਨੂੰ ਔਰ ਕ੍ਰਿਮੀਨਲਾਈਜ਼ੇਸ਼ਨ ਆਫ ਪੋਲੀਟਿਕਸ ਕੀਤੀ ਸੀ ਦਿੱਲੀ ਦੇ ਗੁਰਦੁਆਰਿਆਂ ਦੇ ਵਿੱਚ, ਉਹ ਸਾਰੀ ਬਾਹਰ ਕੱਢੇਗੀ, ਗੋਲਕ ਚੋਰਾਂ ਨੂੰ ਬਾਹਰ ਕੱਢੇਗੀ, ਔਰ ਵਾਪਸ ਜਿਹੜਾ ਨਿਜ਼ਾਮ ਆਏਗਾ ਗੁਰਦੁਆਰਿਆਂ ਦੇ ਵਿੱਚ ਉਹ ਸੇਵਾ ਸੰਭਾਲ ਜਿਹੜੀ ਹੋਏਗੀ ਉਹ ਚੰਗੇ ਬੰਦਿਆਂ ਦੀ ਹੋਏਗੀ, ਔਰ ਬਾਦਲ ਜਿਹੜੇ ਹੈਗੇ ਇਹ ਹੁਣ ਬਾਹਰ ਜਾਣਗੇ। ਸਿਰਸਾ ਸਾਹਿਬ ਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ, ਇਸ ਵੇਲੇ ਵੀ ਸੋਸ਼ਲ ਮੀਡੀਆ 'ਤੇ ਐਗਜ਼ਿਟ ਪੋਲ ਉਹਨਾਂ ਦੇ ਮੈਂਬਰਸ ਕਰ ਰਹੇ ਨੇ ਜੀ, 40 ਤੋਂ 42 ਸੀਟਾਂ ਦਾ ਹਾਲੇ ਵੀ ਦਾਅਵਾ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿੰਨੀ ਕੁ ਸੱਚਾਈ ਹੈ ਅਤੇ ਵੋਟਾਂ ਦੀ ਗਿਣਤੀ, ਕਿਉਂਕਿ ਰੱਖੜੀ ਦਾ ਤਿਉਹਾਰ ਹੋਣ ਕਰਕੇ ਵੋਟਾਂ ਦੀ ਪਰਸੈਂਟੇਜ ਬਹੁਤ ਜ਼ਿਆਦਾ ਘੱਟ ਹੈਗੀ ਹੈ, ਇਹ ਡਾਈਵਰਟ ਹੋ ਪਾਣਗੇ ਐਂਟੀ ਸਿਰਸਾ ਵੋਟਾਂ 'ਚ? ਦੇਖੋ ਜੀ, ਇਹ ਬਾਦਲ ਸਾਹਿਬ ਸੁਖਬੀਰ ਬਾਦਲ ਦੀ ਜਿੰਨੀ ਵੀ ਲੌਬੀ ਹੈਗੀ ਹੈ ਉਹ ਪੰਜਾਬ ਵਿੱਚ ਗੱਪੀ ਬਾਦਲ ਹੈਗਾ, ਦਿੱਲੀ ਦੇ ਅੰਦਰ ਗੱਪੀ ਸਿਰਸਾ ਹੈਗਾ, ਸਵਾਏ ਗੱਪਾਂ ਮਾਰਨ ਦੇ ਇਲਾਵਾ ਇਹਨਾਂ ਨੂੰ ਕੁਛ ਨਹੀਂ ਆਉਂਦਾ, ਔਰ ਝੂਠ ਫਰੇਬ ਦੇ ਅੰਦਰ ਇਹ ਕਰਦੇ ਨੇ। ਅਤੇ ਜਿਸ ਤਰੀਕੇ ਨਾਲ ਬਣੀ ਜੀ ਅਸੀਂ ਗੱਲ ਕਰੀਏ ਕਿ ਪਿਛਲੇ 3-4 ਘੰਟੇ ਸਾਨੂੰ ਪੰਜਾਬੀ ਬਾਗ 'ਚ ਹੋ ਗਏ ਨੇ, ਵੋਟਰਸ ਦੀ ਗਿਣਤੀ ਬੜੀ ਘੱਟ ਹੈ, ਪਰਸੈਂਟੇਜ ਪਿਛਲੀ ਵਾਰ ਵੀ ਘੱਟ ਸੀ, ਹੁਣ ਵੀ ਤਕਰੀਬਨ ਅਗਰ ਅਸੀਂ 1-1.5 ਘੰਟੇ ਪਹਿਲੇ ਦੀ ਗੱਲ ਕਰੀਏ 4.5% ਟੋਟਲ ਵੋਟ ਪਏ ਹੈਗੇ ਨੇ, ਤੁਹਾਨੂੰ ਲੱਗਦਾ ਨਹੀਂ ਇਹਦਾ ਫਾਇਦਾ ਕਿੱਥੇ ਨਾ ਕਿੱਥੇ ਦੂਜੀਆਂ ਧਿਰਾਂ ਨੂੰ ਵੀ ਹੋ ਸਕਦਾ? ਪੰਜਾਬੀ ਬਾਗ ਵਿੱਚ ਮੈਂ ਸਵੇਰ ਦਾ ਘੁੰਮਦਾ ਪਿਆ ਵਾਂ ਜੀ, ਪੰਜਾਬੀ ਬਾਗ ਦੀ ਜਨਤਾ ਜਿਹੜੀ ਹੈਗੀ ਹੈ, ਸੰਗਤ ਜਿਹੜੀ ਹੈਗੀ ਹੈ, ਉਹ ਮਨ ਮਿਲਾ ਚੁੱਕੀ ਹੈ। ਇਸ ਵਾਰੀ ਅਗਰ ਮੈਂ ਘੱਟ ਬੋਲਾਂ ਤਾਂ 80-20 ਨਹੀਂ ਤਾਂ 90-10 ਦੀ ਰੇਸ਼ੋ ਦੇ ਅੰਦਰ ਸੰਗਤ ਜਿਹੜੀ ਹੈਗੀ ਹੈ ਉਹ ਸਰਨਾ ਸਾਹਿਬ ਨੂੰ ਵੋਟ ਪਾਏਗੀ। ਆਪਾਂ ਜਿਹੜੇ ਵਿਊਵਰਸ ਦੇ ਨਾਲ ਗੱਲ ਕੀਤੀ ਹੈਗੀ ਸੰਗਤਾਂ ਦੇ ਵਿਚਕਾਰ ਵਿਚਰ ਹੈਗੇ, ਤੁਸੀਂ ਦੱਸ ਜਾਣਦੇ ਹੀ ਹੈਗੇ ਕਿ ਆਪਾਂ ਵਰਕਿੰਗ ਕਰ ਰਹੇ ਹਾਂ ਇਲੈਕਸ਼ਨ ਦੇ ਉੱਤੇ, ਟ੍ਰੈਂਗਲ ਬਣਦਾ ਦਿਖ ਰਿਹਾ, ਇੱਕ ਕਿਸੇ ਵੀ ਇੱਕ ਧਿਰ ਦੀ ਮੈਜੋਰਟੀ ਨਹੀਂ ਦਿਖ ਰਹੀ ਹੈਗੀ, ਨਾ ਪਰਮਜੀਤ ਸਿੰਘ ਸਰਨਾ ਸਾਹਿਬ ਦੀ, ਨਾ ਮਨਜੀਤ ਸਿੰਘ ਜੀ ਕੇ ਜਾਗੋ, ਕਿਉਂਕਿ ਉਹ ਵੀ ਬੜੇ ਵੱਡੇ ਦਾਅਵੇਦਾਰ ਨੇ, ਨਵੀਂ ਪਾਰਟੀ ਜ਼ਰੂਰ ਖੜੀ ਕੀਤੀ ਹੈ, ਮਗਰ ਕਾਫੀ ਮਜ਼ਬੂਤ ਦਾਅ ਉਹਨਾਂ ਦਾ ਲੱਗਾ ਹੋਇਆ ਸੀ ਇਲੈਕਸ਼ਨ ਵਿੱਚ। ਤੁਹਾਨੂੰ ਲੱਗਦਾ ਹੈ ਕਿ ਅਗਰ ਵੋਟਾਂ ਦਾ ਹਿਸਾਬ ਕਿਤਾਬ ਟ੍ਰੈਂਗਲ ਬਣਦਾ ਹੈਗਾ ਅਤੇ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ ਕੇ ਮਿਲ ਕੇ ਇੱਕ ਤਰ੍ਹਾਂ ਤੋਂ ਜਿਵੇਂ ਸਾਂਝੀ ਸਰਕਾਰਾਂ ਚੱਲਦੀਆਂ ਨੇ, ਸਾਂਝੀ ਕਮੇਟੀ ਚੱਲੇਗੀ, ਆ ਤੁਹਾਨੂੰ ਲੱਗਦਾ ਕਿ ਇੱਕ ਇੰਡੀਵਿਜੁਅਲ ਕਿਸੇ ਵੀ ਇੱਕ ਧਿਰ ਨੂੰ ਪੂਰੀ ਮੈਜੋਰਟੀ ਮਿਲੇ? ਰਿਜ਼ਲਟ ਆਉਣ ਦਿਓ, 25-30 ਨੂੰ ਇਸ ਬਾਰੇ ਗੱਲ ਕਰਾਂਗੇ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਬਨੀ ਜੀ ਨੇ ਗੱਲ ਕੀਤੀ ਹੈਗੀ ਹੈ ਕਿ ਰਿਜ਼ਲਟ ਹਕੀਕਤ ਵਿੱਚ ਹੈ, ਦਾਅਵੇ ਸਾਰੀਆਂ ਧਿਰਾਂ ਵੱਲੋਂ ਕੀਤੇ ਜਾ ਰਹੇ ਨੇ, ਮਗਰ ਜਦੋਂ ਬਕਸੇ ਖੁੱਲ੍ਹਣਗੇ ਵੋਟਾਂ ਦੀ ਗਿਣਤੀ ਹੋਏਗੀ ਤਦ ਹੀ ਸਾਫ਼ ਹੋ ਪਾਏਗਾ ਕਿ ਕਿਹੜੀ ਧਿਰ ਨੂੰ ਕਿੰਨੇ ਵੋਟ ਔਰ ਕਿੰਨੀਆਂ ਸੀਟਾਂ ਮਿਲਦੀਆਂ ਨੇ। ਮਗਰ ਇੱਕ ਗੱਲ ਜੋ ਦੇਖਣ ਨੂੰ ਆ ਰਹੀ ਹੈਗੀ ਕਿ ਘੱਟੋ ਘੱਟ ਮਨਜਿੰਦਰ ਸਿੰਘ ਸਿਰਸਾ ਜਿਹੜੀ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਦੇ ਖਿਲਾਫ਼ ਸਾਰੀਆਂ ਧਿਰਾਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੋ ਚੁੱਕੀਆਂ ਨੇ, ਅਤੇ ਉਹਦੇ ਨਾਲ ਇਸ ਵਾਰ ਦਿੱਲੀ ਕਮੇਟੀ ਦਾ ਪਾਸਾ ਇੱਕਦਮ ਉਲਟਾ ਆਉਣ ਦੇ ਆਸਾਰ ਹੈਗੇ ਨੇ। ਲਗਾਤਾਰ ਅਸੀਂ ਜੁੜੇ ਹੈਗੇ TV84 ਵੱਲੋਂ, ਕੋਸ਼ਿਸ਼ ਕਰ ਰਹੇ ਹਾਂ ਹੋਰ ਭਰਾਵਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਮੁੱਦੇ ਦੇ ਉੱਤੇ ਵਿਚਾਰ ਕਰਨ ਲਈ। ਲੈਣੇ ਸਰ ਬਨੀ ਜੀ ਤੋਂ ਇਜਾਜ਼ਤ, ਬਨੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।